ਸਰਕਾਰ ਕੋਈ ਸਬਸਿਡੀ ਵਗੈਰਾ ਇਦਾਂ ਦਾ ਕੁਝ ਹੈ? ਕਈ ਬੰਦੇ ਸਾਡੇ ਕੋਲ ਨਾ ਰੈਂਟ ਤੇ ਚਲਾਉਂਦੇ ਆ। ਅੱਛਾ, ਉਹ 300 ਰੁਪਏ ਰੈਂਟ ਦਿੰਦੇ ਆ। ਅੱਛਾ, ਉਹ 300 ਰੁਪਏ ਰੈਂਟ ਕੱਢ ਕੇ 700-800 ਜਾਂ ਤੱਕ ਜਾਂ 1000 ਘਰ ਲੈ ਲੈ ਜਾਣਗੇ, ਤੇ ਉਹਨਾਂ ਦਾ ਗੁਜ਼ਾਰਾ ਕਿੱਦਾਂ ਹੈ? ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਆਉਂਦੀਆਂ ਨੇ ਈ ਰਿਕਸ਼ਾ ਲੈਣ ਤੋਂ ਬਾਅਦ ਦੇ ਵਿੱਚ? ਈ ਰਿਕਸ਼ਾ ਖਰੀਦਣ ਲਈ ਇੱਕ ਰਿਕੁਆਇਰਮੈਂਟਸ ਕੀ ਹੁੰਦੀਆਂ ਨੇ? ਅੱਜ ਤੁਹਾਡੇ ਨਾਲ ਗੱਲਬਾਤ ਕਰਾਂਗੇ ਈ ਰਿਕਸ਼ਾ ਪੈਸੈਂਜਰ ਦੀ ਫਸਟ ਡਿਮਾਂਡ। ਜ਼ਰੂਰ ਇਹ ਵੀਡੀਓ ਤੁਹਾਡੇ ਨਾਲ ਲਾਭਦਾਇਕ ਸਿੱਧ ਹੋ ਸਕਦੀ ਹੈ ਜੇਕਰ ਇਸ ਵੀਡੀਓ ਨੂੰ ਲਾਸਟ ਤੱਕ ਤੁਸੀਂ ਦੇਖਦੇ ਹੋ। ਟਰਾਂਸਪੋਰਟ ਬਿਜ਼ਨਸ ਦੇ ਵਿੱਚ ਜੇ ਕਿਸੇ ਨੇ ਥੋੜ੍ਹੇ ਪੈਸਿਆਂ ਦੇ ਵਿੱਚ ਬਿਜ਼ਨਸ ਓਪਨ ਕਰਨਾ ਤਾਂ ਈ ਰਿਕਸ਼ਾ, ਹਾਂ ਹੈ ਨਾ, ਐਸਾ ਹੈ ਕੁਛ? ਹਾਂ, ਬਹੁਤ ਅੱਛਾ ਰਿਸਪੋਂਸ ਹੈ ਔਰ ਅਸੀਂ ਕਿਸ਼ਤਾਂ ਤੇ ਵੀ ਦਿੰਦੇ ਹਾਂ। ਹਾਂਜੀ ਹਾਂਜੀ। ਸਰਕਾਰ ਕੋਈ ਸਬਸਿਡੀ ਵਗੈਰਾ ਇਦਾਂ ਦਾ ਕੁਛ ਹੈ? ਹਾਂ, ਮੈਂ ਤੁਹਾਨੂੰ ਦੱਸਦਾ, ਸਬਸਿਡੀ ਸੈਂਟਰ ਗਵਰਨਮੈਂਟ ਦੇ ਰਹੀ ਹੈ, ਕੇਂਦਰ ਗਵਰਨਮੈਂਟ ਦੇ ਰਹੀ ਹੈ, ਔਰ ਦਿੱਲੀ ਸਰਕਾਰ ਵੀ ਦੇ ਰਹੀ ਹੈ। ਹੁਣ ਉਹ ਆਪਦੀ ਸਰਕਾਰ ਆਪਾਂ ਪੰਜਾਬ 'ਚ ਬਣ ਗਈ ਹੈ, ਅਸੀਂ ਭਗਵੰਤ ਮਾਨ ਜੀ ਨੂੰ ਜਾਂ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹਾਂ ਵੀ ਇੱਥੇ ਵੀ ਕਮ ਸੇ ਕਮ ਪੰਜਾਬ 'ਚ ਸਬਸਿਡੀ ਦਿੱਤੀ ਜਾ ਸਕੇ। ਕਿਉਂ ਇਹ ਧੰਦਾ ਦਿੰਦੀ ਪਰ ਦੇ ਰਹੀ ਦੇ ਹੀ ਪਰ ਵਾਅਦਾ ਕਰ ਚੁੱਕੇ ਸਾਡੇ ਨਾਲ, ਪਰ ਦੇ ਕੇ ਸੀਗਾ ਜਲਦੀ ਤੋਂ ਚਲਦੀ ਦੇ ਤਾਂ ਕੀ ਇਹ ਗਰੀਬ ਆਦਮੀ ਯਾਰ ਚਲਾ ਰਹੇ ਹੈ ਇਹਨੂੰ ਨਾ, ਜਿਹੜਾ ਬਿਜ਼ਨਸ ਹੈ ਤਾਂ ਘੱਟ ਸਮ ਪੈਸੇ ਨਾਲ ਚੱਲਦਾ ਹੈ, ਲੇਕਿਨ ਗਰੀਬ ਤੋਂ ਗਰੀਬ ਚਲਾ ਰਿਹਾ ਹੈ ਜਿਹਨੇ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਨੂੰ ਪਾਲਣਾ ਹੈ। ਈਵਨ ਕਿ ਵਿਚਾਰੇ ਗੱਡੀ ਦਾ ਵੀ ਖਰਚਾ ਕੱਢਦੇ ਹੈ, ਕਿਸ਼ਤ ਕੱਢਦੇ ਹੈ, ਆਪਣੇ ਘਰ ਦਾ ਵੀ ਕਿਰਾਇਆ ਦਿੰਦੇ ਹੈ ਔਰ ਅੱਛੇ ਮਹਿਸੂਸ ਕਰਦੇ। ਕਾਫੀ ਸੁਣਿਆ ਗਿਆ ਨਾ ਕਿ ਪਿਛਲੇ ਦਿਨੀ ਮੈਂ ਕਿਸੇ ਨਾਲ ਗੱਲਬਾਤ ਕਰ ਰਿਹਾ ਸੀ ਈ ਰਿਕਸ਼ੇ ਬਾਰੇ, ਬੈਨੀਫਿਟ ਜਾਣ ਰਿਹਾ ਸੀਗਾ। ਉਹਨਾਂ ਨੇ ਕਿਹਾ ਕਿ ਅਸੀਂ ਪਰ ਦਿਨ 1000 ਰੁਪਏ ਕਮਾ ਲੈਂਦੇ ਹਾਂ ਈ ਰਿਕਸ਼ੇ ਦੇ ਜ਼ਰੀਏ। ਹਾਂ ਹਾਂ, ਐਸਾ ਕੁਛ ਹੈ ਇਸ? ਹਾਂ ਹਾਂ, ਸਾਡੇ ਬੰਦੇ ਦੇਖੋ ਕਈ ਬੰਦੇ ਸਾਡੇ ਕੋਲ ਨਾ ਰੈਂਟ ਤੇ ਚਲਾਉਂਦੇ ਆ। ਅੱਛਾ, ਉਹ 300 ਰੁਪਏ ਰੈਂਟ ਦਿੰਦੇ ਆ। ਅੱਛਾ, ਉਹ 300 ਰੁਪਏ ਰੈਂਟ ਕੱਢ ਕੇ 700-800 ਜਾਂ ਤੱਕ ਜਾਂ 1000 ਘਰ ਲੈ ਲੈ ਜਾਣਗੇ, ਤਾਂ ਉਹਨਾਂ ਦਾ ਗੁਜ਼ਾਰਾ ਕਿੱਦਾਂ ਹੋਏਗਾ? ਬਿਲਕੁਲ ਬਿਲਕੁਲ ਬਿਲਕੁਲ। ਮੈਂ ਉਹਨਾਂ ਨੂੰ ਇਹੀ ਪੁੱਛਿਆ ਕਿ ਮੈਂ ਕਿਹਾ ਜੇ ਤੁਸੀਂ 1000 ਰੁਪਇਆ ਕਮਾਉਂਦੇ ਹੋ ਪਰ ਡੇ ਤਾਂ ਇਹਦੀ ਲਾਗਤ ਕਿੰਨੀ ਕਾ? ਉਹਨਾਂ ਨੇ ਮੈਨੂੰ ਕਿਹਾ ਵੀ ਕਹਿੰਦੇ 100 ਰੁਪਇਆ ਲਾਗਤ ਬਿਜਲੀ ਤੇ ਚਾਰਜ ਹੁੰਦਾ ਹੈ, 100 ਰੁਪਇਆ ਆ ਜਾਂਦਾ। ਇਹਦੇ ਵਿੱਚ ਕਿੰਨੀ ਕੁ ਸੱਚਾਈ ਹੈ? ਦੇਖੋ ਬਿਲਕੁਲ ਸੱਚਾਈ ਹੈ, 4-5 ਮਿੰਟ ਬਿਜਲੀ ਯੂਜ਼ ਹੁੰਦੀ ਹੈ, 8-9 ਘੰਟੇ ਚਾਰਜਿੰਗ ਤੇ ਲੈਂਦਾ ਇੱਕ ਡਰਾਈਵਰ ਜਦੋਂ ਘਰੋਂ ਨਿਕਲਦਾ ਹੈ ਉਹ 100 ਕਿਲੋਮੀਟਰ ਪਲੱਸ ਚੱਲਦਾ ਹੈ। ਸਾਡੇ ਈ ਰਿਕਸ਼ਾ ਲਿਆ ਅੱਜ ਕਸਟਮਰ ਨੇ, ਉਹਦੇ 4 ਬੈਟਰੀਆਂ ਪਾ ਕੇ ਉਹ 100 ਕਿਲੋਮੀਟਰ ਚੱਲਦਾ, ਇੰਨੀ ਕਮਾਈ ਤੋਂ ਆਰਾਮ ਨਾਲ ਕਰਦਾ। ਹੁਣ ਇਹ ਬਿਜ਼ਨਸ 'ਚ ਸਾਡੇ ਜਿਹੜੇ ਵਪਾਰੀ ਲੋਕ ਹੈ ਜਾਂ ਹੋਜਰੀ ਵਾਲੇ ਹੈ ਉਹਨਾਂ ਨੂੰ ਗੇੜਾ, ਮਤਲਬ ਸਮਝਦੇ ਸਾਲਮ ਗੇੜਾ ਭੇਜਦੇ ਨੇ, ਉਹ 250 ਤੋਂ ਦਿੰਦੇ ਨੇ। ਉਹਨਾਂ ਵੀ ਪਤਾ ਵੀ ਇਹ ਬੰਦਾ ਸਾਡਾ ਸਿਕਿਓਰ ਹੈ, ਇਹ ਸਹੀ ਜਗ੍ਹਾ 'ਤੇ ਜਾ ਕੇ ਮਾਲ ਪਹੁੰਚਾ ਦੇਗਾ। ਕਿਆ ਬਾਤ, ਈ ਰਿਕਸ਼ੇ ਦੇ ਜ਼ਰੀਏ 1000 ਰੁਪਏ ਪਰ ਡੇ ਕਮਾ ਰਹੇ ਨੇ, ਤਾਂ ਇਹ ਮੈਨੂੰ ਲੱਗਦਾ ਕਿ ਟਰਾਂਸਪੋਰਟ ਬਿਜ਼ਨਸ ਦੇ ਵਿੱਚ ਸਭ ਤੋਂ ਵਧੀਆ ਕਹਿ ਸਕਦੇ ਹਾਂ। ਜਿਹੜੇ ਸਾਡੇ ਦਾਦਾ ਪੜਦਾਦਾ ਜਾਂ ਸਾਡੇ ਬਜ਼ੁਰਗ ਸੀਗੇ ਉਹ 100 ਸਾਲ ਦਿੰਦੇ ਸੀਗੇ, ਇੱਕ ਗੌਰਮੈਂਟ ਨੇ ਸਰਵੇ ਕੀਤਾ, ਉਹ ਸਰਵੇ 'ਚ ਨਿਕਲ ਕੇ ਆਇਆ ਵੀ ਜਿੰਨੇ ਵੀ ਡੀਜ਼ਲ ਵਾਲੇ ਜਾਂ ਹੋਰ ਗੱਡੀਆਂ ਚੱਲ ਰਹੀਆਂ ਉਹਦਾ ਪ੍ਰਦੂਸ਼ਣ ਕਰਦੀਆਂ ਡੀਜ਼ਲ ਤੋਂ, ਉਸ ਹਿਸਾਬ ਨਾਲ ਉਹ ਉਮਰ ਘੱਟ ਰਹੀ ਹੈ। ਠੀਕ ਹੈ, ਉਹ ਗੌਰਮੈਂਟ ਨੇ ਸਰਵੇ ਕੀਤਾ ਵੀ ਇਹਦਾ ਕੁਛ ਹੱਲ ਕੀਤਾ ਜਾਵੇ, ਉਹ ਹੱਲ ਇਹ ਨਿਕਲਿਆ ਵੀ ਇਲੈਕਟ੍ਰਿਕ ਚੀਜ਼ਾਂ ਆਉਣੀਆਂ ਚਾਹੀਦੀਆਂ ਤੁਹਾਨੂੰ ਆਉਣ ਵਾਲੇ ਜ਼ਮਾਨੇ 'ਚ ਨਾ, ਤੁਹਾਨੂੰ ਜਾਣੀ ਖੁਸ਼ ਹੋਗੀ, ਕਾਰ, ਮੋਟਰਸਾਈਕਲ, ਸਕੂਟਰ, ਇਹ ਆਪਣਾ ਬੱਸਾਂ, ਕਾਰਾਂ ਸਭ ਇਲੈਕਟ੍ਰਿਕ ਆ ਰਹੀਆਂ ਔਰ ਅੱਜ ਦੀ ਵਿੱਚ ਕਾਰ ਆ ਚੁੱਕੀ ਹੈ, ਬਹੁਤ ਵਧੀਆ ਕੰਪਨੀਆਂ ਬਣਾ ਰਹੀਆਂ, ਉਹ ਚੱਲ ਰਹੀ ਹੈ 600 ਕਿਲੋਮੀਟਰ, 500 ਕਿਲੋਮੀਟਰ, 400 ਕਿਲੋਮੀਟਰ, ਆਉਣ ਵਾਲੇ ਜ਼ਮਾਨੇ ਤੁਹਾਨੂੰ 2000 ਕਿਲੋਮੀਟਰ ਤੱਕ ਵੀ ਇਹ ਕਾਰਾਂ ਮਿਲਣਗੀਆਂ। ਰਿਕਸ਼ਾ ਖਰੀਦਣ ਤੋਂ ਬਾਅਦ 'ਚ ਜਿਹੜਾ ਕਲਾਇੰਟ ਹੈ ਉਹਨੂੰ ਜਿਹੜੀਆਂ ਪ੍ਰੋਬਲਮਸ ਆਉਂਦੀਆਂ ਨੇ ਉਸ ਬਾਰੇ ਤੁਸੀਂ ਥੋੜ੍ਹਾ ਸਾਨੂੰ ਪ੍ਰਿਪੇਅਰ ਕਰਨਾ ਕਿ ਸਰਵਿਸ ਕਿਸ ਤਰ੍ਹਾਂ ਦੀਆਂ ਪਹਿਲਾਂ ਮੁਸ਼ਕਲਾਂ ਆ ਜਾਂਦੀਆਂ ਨੇ ਅਤੇ ਫਿਰ ਉਹਨਾਂ ਨੂੰ ਸਰਵਿਸ ਕਿਸ ਤਰ੍ਹਾਂ ਦੀਆਂ ਮਿਲਦੀਆਂ ਨੇ ਅਤੇ ਉਹ ਸਰਵਿਸ ਦੇ ਵਿੱਚ ਤੁਸੀਂ ਕਿੰਨਾ ਕੁ ਸਮਾਂ ਲੈਂਦੇ ਹੋ, ਇਹ ਸਾਰੀ ਗੱਲਬਾਤ ਸਟੈਪ ਬਾਏ ਸਟੈਪ ਅਸੀਂ ਤੁਹਾਡੇ ਨਾਲ ਡਿਸਕਸ ਕਰਾਂਗੇ। ਜ਼ਰੂਰ ਜ਼ਰੂਰ। ਸਭ ਤੋਂ ਪਹਿਲਾਂ ਗੱਲਬਾਤ ਕਰਦੇ ਹਾਂ ਕਿ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਆਉਂਦੀਆਂ ਨੇ ਈ ਰਿਕਸ਼ਾ ਲੈਣ ਤੋਂ ਬਾਅਦ ਦੇ ਵਿੱਚ, ਉਸ ਬਾਰੇ ਦੱਸੋ ਸਾਨੂੰ। ਦੇਖੋ ਜੀ, ਈ ਰਿਕਸ਼ਾ ਲੈਣ ਤੋਂ ਬਾਅਦ ਕੋਈ ਖਾਸ ਮੁਸ਼ਕਲਾਂ ਨਹੀਂ ਆਉਂਦੀਆਂ, ਕਿਸੇ ਵੇਲੇ ਕੋਈ ਬੈਟਰੀ ਦੀ ਪ੍ਰੋਬਲਮ ਆ ਜਾਂਦੀ ਹੈ, ਉਹਦੇ ਵਿੱਚ ਇਹ ਹੁੰਦਾ ਕਿ ਮੌਸਮ ਦੇ ਅਕੋਰਡਿੰਗ ਬੈਟਰੀ ਡਾਊਨ ਜਾਂ ਵੱਧਦੀ ਕਰਦੀ ਹੈ, ਉਹਦੇ ਨਾਲ ਮਾੜੀ ਮੋਟੀ ਜੇ ਪ੍ਰੋਬਲਮ ਆਉਂਦੀ ਵੀ ਹੈ ਤਾਂ ਅਸੀਂ ਕਰ ਦੀ ਦੀ ਹੈ, ਜੋ ਵੀ ਮੁਸ਼ਕਲ ਹੁੰਦੀ ਹੈ ਇਹਦੇ ਵਿੱਚ। ਮੁਸ਼ਕਲ ਆਉਂਦੀ ਹੈ ਬੈਟਰੀ ਕਿਸੇ ਵੇਲੇ, ਕੋਈ ਜ਼ਰੂਰੀ ਨਹੀਂ। ਅੱਛਾ, ਹਾਂਜੀ, ਸਿਰਫ ਬੈਟਰੀ ਦੇ ਰਿਲੇਟਿਡ ਹੀ ਆਉਂਦੀ ਹੈ? ਬੈਟਰੀ ਦੀ ਹੈ, ਹੋਰ ਵੀ ਕੋਈ ਮਾੜੀ ਮੋਟੀ
ਗੱਡੀ ਦੇ ਵਿੱਚ ਪ੍ਰੋਬਲਮ ਆਉਂਦੀ ਹੈ, ਕਿਸੇ ਚੀਜ਼ ਦੀ ਦਿੱਕਤ ਆਉਂਦੀ ਹੈ, ਜਾਂ ਕੋਈ ਵੀ ਚੀਜ਼ਾਂ ਮਾੜੀ ਮੋਟੀ ਮਿਸ ਕਰਦੀਆਂ, ਕੋਈ ਲਾਈਟ ਵਗੈਰਾ, ਲਾਈਟ ਹੋ ਗਈ, ਹਾਂਜੀ ਹਾਂਜੀ, ਵੀ ਮਤਲਬ ਕਿ ਜੇ ਕਿਸੇ ਨੇ ਗੱਡੀ ਲੈ ਲਈ ਈ ਰਿਕਸ਼ਾ ਭਾਵ ਕਿ ਈ ਰਿਕਸ਼ਾ ਲੈ ਲਿਆ, ਅਤੇ ਜੇ ਉਹਨੂੰ ਕੋਈ ਦਿੱਕਤ ਆਉਂਦੀ ਆ ਤਾਂ ਉਹ ਤੁਹਾਡੇ ਕੋਲ ਆਵੇ ਤਾਂ ਤੁਸੀਂ ਉਸ ਦਿੱਕਤ ਦਾ ਹੱਲ ਕਰ? ਬਿਲਕੁਲ ਬਿਲਕੁਲ ਕਰਦੇ ਹਾਂ ਜੀ, ਹਾਂਜੀ ਹਾਂਜੀ ਬਿਲਕੁਲ ਕਰੀਦਾ। ਅਤੇ ਜੇ ਦੇਖਿਆ ਜਾਵੇ ਤਾਂ ਕਿੰਨਾ ਕੁ ਸਮਾਂ ਲੱਗਦਾ ਹੈ, ਕੋਈ ਐਸਟੀਮੇਟ ਜਿਹਾ ਹੁੰਦਾ? ਦੇਖੋ ਐਸਟੀਮੇਟ ਚੀ ਗੱਡੀ ਦੇ ਉੱਤੇ ਹੁੰਦਾ, ਕੁਛ ਗੱਡੀ ਦੇ ਵਿੱਚ ਜ਼ਿਆਦਾ ਪ੍ਰੋਬਲਮ ਤਾਂ ਘੰਟਾ ਅੱਧਾ ਘੰਟਾ ਵੀ ਲੈਂਦਾ, ਕੁਛ ਗੱਡੀ ਕੁਛ ਖਾਸ ਨਾ ਪ੍ਰੋਬਲਮ ਜਿਵੇਂ ਹੋਰਨ ਹੈ, ਛੋਟੀ ਜਿਹੀ ਚੀਜ਼ ਹੈ, ਉਸ ਤਾਰ ਮਾੜੀ ਮੋਟੀ ਹਿੱਲੀ ਹੁੰਦੀ ਹੈ, ਉਹ ਮਾੜਾ ਲੜਕੇ ਦੇਖ ਲੈਂਦੇ ਆ, ਉਹ ਮਾੜੇ ਦੇਖੀ ਤਾਂ ਚੱਲ ਗਿਆ, ਉਹਦੇ ਵਿੱਚ ਦੋ ਮਿੰਟ ਵੀ ਲੱਗ ਸਕਦੇ ਆ, ਪੰਜ ਮਿੰਟ ਵੀ ਲੱਗ ਸਕਦੇ ਆ, ਜੇ ਹੋਰ ਕੋਈ ਪ੍ਰੋਬਲਮ ਵੱਡੀ ਆਉਂਦੀ ਹੈ ਤਾਂ ਇੱਕ ਘੰਟਾ ਜਾਂ ਦੋ ਘੰਟੇ ਇਸ ਤੋਂ ਵੱਧ ਨਹੀਂ ਲੱਗਦੇ। ਇਸ ਤੋਂ ਵੱਧ ਨਹੀਂ? ਮੇਰਾ ਕਹਿਣ ਦਾ ਭਾਵ ਇਹੀ ਸੀਗਾ ਕਿ ਕਿਉਂਕਿ ਈ ਰਿਕਸ਼ਾ ਇੱਕ ਹਰੇਕ ਇਨਸਾਨ ਨੇ ਇਸ ਨੂੰ ਇਸ ਢੰਗ ਨਾਲ ਲੈਣਾ ਹੁੰਦਾ ਹੈ ਕਿ ਇਸ ਦੇ ਵਿੱਚ ਅਸੀਂ ਬਿਜ਼ਨਸ, ਅਤੇ ਬਿਜ਼ਨਸ ਦੇ ਵਿੱਚ ਪਰ ਦਿਹਾੜੀ ਅਗਲੇ ਨੇ ਐਵਰੇਜ ਕੱਢਣੀ ਹੁੰਦੀ ਹੈ ਕਿ ਅਸੀਂ ਕਿੰਨਾ ਕਮਾ ਰਹੇ। ਬਿਲਕੁਲ ਬਿਲਕੁਲ। ਤਾਂ ਮੈਂ ਉਹ ਸੋਚਣਾ ਚੱਲਿਆ ਸੀਗਾ, ਇਹ ਪੁੱਛਣ ਦਾ ਮੇਰਾ ਮਕਸਦ ਇਸੇ ਕਰਕੇ ਸੀਗਾ ਵੀ ਕਿਸੇ ਦੀ ਦਿਹਾੜੀ ਤਾਂ ਨਹੀਂ ਖਰਾਬ ਹੋ ਜਾਂਦੀ ਸਰਵਿਸ ਦੇ? ਸਰ ਮੇਰੇ ਦੇ ਮੇਰੀ ਸ਼ੋਪ ਦੇ ਵਿੱਚ ਘੱਟੋ ਘੱਟ 10-12 ਲੜਕੇ ਕੰਮ ਕਰਦੇ ਆ। ਅੱਛਾ, ਠੀਕ ਹੈ ਜੀ। ਉਹਦੇ ਵਿੱਚ ਇੰਨਾ ਉਹਦੇ ਵਿੱਚ ਸਾਡੇ ਕੋਲ ਇੰਨਾ ਕੁ ਕੰਮ ਹੈਗਾ ਉਸ ਹਿਸਾਬ ਨਾਲ ਕਿ ਸਾਡੇ ਲੜਕੇ ਵਧੀਆ ਤਰੀਕੇ ਨਾਲ ਪੈਸੇ ਕਮਾ ਕੇ ਜਾਂਦੇ ਆ ਜੀ। ਹਾਂਜੀ, ਇਹਦੇ ਵਿੱਚ ਅੱਛੀ ਦਿਹਾੜੀ ਪਾ ਕੇ ਜਾਂਦੇ ਆ, ਮਤਲਬ ਕੋਈ ਵੀ ਮੇਰਾ ਬੰਦਾ ਇਸ ਦੁਕਾਨ 'ਤੇ ਨਿਰਾਸ਼ ਹੋ ਕੇ ਨਹੀਂ ਜਾਂਦਾ, ਵਧੀਆ ਤਰੀਕੇ ਨਾਲ। ਇਹ ਮਤਲਬ ਕਿ ਇਹ ਸ਼ੋਰੂਮ ਦੇ ਵਿੱਚ ਦੇਖਿਆ ਜਾਵੇ ਤਾਂ ਕੋਈ ਵੀ ਨਿਰਾਸ਼ ਹੋ ਕੇ ਨਹੀਂ ਜਾਏਗਾ? ਬਿਲਕੁਲ। ਉਸ ਤੋਂ ਈ ਰਿਕਸ਼ਾ ਲੈਣ ਤੋਂ ਬਾਅਦ ਦੇ ਵਿੱਚ ਵੀ ਉਸ ਨੂੰ ਮਾਨ ਸਨਮਾਨ ਬਿਲਕੁਲ ਦਿੱਤਾ ਜਾਂਦਾ, ਬਿਲਕੁਲ ਕਲਾਇੰਟ ਬਣ ਕੇ ਆਉਂਦਾ ਉਸੇ ਢੰਗ ਨਾਲ, ਬਿਲਕੁਲ ਬਿਲਕੁਲ। ਸਰਵਿਸ ਲਈ ਤੁਸੀਂ ਹਮੇਸ਼ਾ ਤਤਪਰ ਹੋ? ਬਿਲਕੁਲ ਜੀ ਬਿਲਕੁਲ। ਹਾਂ, ਇਹਦੇ ਵਿੱਚ ਅਸੀਂ ਕੋਈ ਟਾਈਮ ਨਹੀਂ ਦੇਖਦੇ, ਅਗਲੇ ਨੂੰ ਪੂਰਾ ਸੈਟਿਸਫਾਈ ਕਰਕੇ ਜਾਈਦਾ ਵੀ ਕੱਲ੍ਹ ਨੂੰ ਉਹਨੂੰ ਫਿਰ ਕੋਈ ਪ੍ਰੋਬਲਮ ਨਾ ਆਵੇ। ਠੀਕ ਹੈ ਜੀ। ਉਹਦੇ ਵਿੱਚ ਉਹਨੂੰ ਪੂਰਾ ਖੁਸ਼ ਕਰਕੇ ਭੇਜੀਦਾ। ਮੁੰਡੇ ਵੀ ਸਾਡੇ ਵਧੀਆ ਵਾ, ਕਾਰੀਗਰ ਵੀ, ਐਸੀ ਕੋਈ ਗੱਲ ਨਹੀਂ, ਕਾਰੀਗਰਾਂ ਦੇ ਵਿੱਚ ਵੀ ਵਧੀਆ ਉਤਸ਼ਾਹ ਹੈਗਾ ਵਾ, ਉਹ ਆਪਣੇ ਆਪ ਹੀ ਵੱਧ ਤੋਂ ਵੱਧ ਕੰਮ ਕਰਕੇ ਵਧੀਆ ਦਿਖਾਉਂਦੇ ਆ। ਬਿਲਕੁਲ, ਇਹ ਹੋਣਾ ਵੀ ਚਾਹੀਦਾ ਹੈ ਕਿਉਂਕਿ ਅਕਸਰ ਮੈਂ ਜਦੋਂ ਅਸੀਂ ਗੱਲਬਾਤ ਕਿਸੇ ਨਾਲ ਈ ਰਿਕਸ਼ੇ ਦੇ ਰਿਲੇਟਡ ਕੀਤੀ ਸੀ ਤਾਂ ਉਹਨਾਂ ਨੇ ਕਿਹਾ ਕਿ ਸਰਵਿਸ ਦੀ ਨਾ ਕਿਸੇ ਨੂੰ ਪ੍ਰੋਬਲਮ ਆਵੇ, ਵਰਨਾ ਈ ਰਿਕਸ਼ਾ ਕੋਈ ਮਾੜਾ ਕੰਮ ਨਹੀਂ, ਅਤੇ ਇਹਦੇ ਵਿੱਚ ਬਹੁਤ ਵਧੀਆ ਬਿਜ਼ਨਸ ਕ੍ਰੀਏਟ ਕਰ ਸਕਦੇ। ਸਾਡੀ ਕੋਸ਼ਿਸ਼ ਇਹੀ ਹੈ ਕਿ ਅਸੀਂ ਕਿਸੇ ਨਾਰਾਜ਼ ਕਰਕੇ ਨਹੀਂ ਭੇਜਦੇ। 90% ਸਾਡੇ ਕੋਲ ਗਾਹਕ ਵਧੀਆ ਤਰੀਕੇ ਨਾਲ ਹੀ ਆਉਂਦਾ, ਉਹਨਾਂ ਨੂੰ ਪਤਾ ਕਿ ਇੱਥੇ ਕੰਮ ਵਧੀਆ ਹੁੰਦਾ। ਤਾਂ ਜਦੋਂ ਈ ਰਿਕਸ਼ੇ ਦੇ ਵਿੱਚ ਕੋਈ ਦਿੱਕਤ ਆ ਜਾਂਦੀ ਹੈ ਉਹਦੇ ਲਈ ਵੀ ਇੱਥੇ ਬੈਠੇ ਨੇ ਤੁਹਾਨੂੰ ਇਹ ਸਹੂਲਤ ਦੇਣ ਲਈ, ਤੁਹਾਨੂੰ ਫਿਕਰ ਕਰਨ ਦੀ ਜ਼ਰੂਰਤ ਨਹੀਂ, ਅਤੇ ਬੇਝਿਜਕ ਹੋ ਕੇ ਤੁਸੀਂ ਇਸ ਸੈਟਅਪ ਦੇ ਉੱਤੇ ਟਰਾਂਸਪੋਰਟ ਬਿਜ਼ਨਸ ਦੇ ਵਿੱਚ ਪੈਸਾ ਲਗਾ ਸਕਦੇ ਅਤੇ ਤੁਹਾਨੂੰ ਜ਼ਰੂਰ ਮੁਨਾਫਾ ਆਏਗਾ, ਇਹ ਸਾਡੀ ਗਰੰਟੀ ਹੈ। ਦੇਖੋ, ਇਸ ਤਾਂ ਪੂਰੀ ਗਰੰਟੀ ਦਿੰਦੇ ਹਾਂ ਜੀ ਸਾਰੀਆਂ ਚੀਜ਼ਾਂ ਵੱਲੋਂ, ਮੈਂ ਉਹਨੂੰ ਅਸੀਂ ਕਦੀ ਇੱਦਾਂ ਨਹੀਂ ਕਿਹਾ ਕਿ ਸਾਡੇ ਵੱਲੋਂ ਗਰੰਟੀ, ਇਸ ਤਾਂ ਜਿਹੜੀ ਗਰੰਟੀ ਮਾੜੀ ਮੋਟੀ ਉੱਪਰ ਥੱਲੇ ਵੀ ਹੋ ਜਾਂਦੀ ਅਸੀਂ ਉਹਨੂੰ ਵੀ ਕਰ ਦਈਦਾ ਬਈ, ਜਿਹਦੇ ਵਿੱਚ ਗਾਹਕ ਨਿਰਾਸ਼ ਨਾ ਹੋਵੇ। ਨਮਸਕਾਰ ਜੀ, ਮੈਂ ਪਹਿਲਾਂ ਰਕੇਸ਼ ਜੀ ਨਾਲ ਗੱਲ ਕੀਤੀ, ਹਾਂਜੀ, ਬਿੱਟੂ ਜੀ ਨਾਲ ਗੱਲ ਕੀਤੀ, ਅਤੇ ਹੁਣ ਮੈਂ ਸੋਚਿਆ ਕਿ ਜਿਨ੍ਹਾਂ ਨੇ ਜਿਨ੍ਹਾਂ ਤੋਂ ਪਰਚੇਜ਼ਿੰਗ ਕਰਨੀ ਆ ਉਹ ਤੁਸੀਂ ਹੋ, ਹਾਂਜੀ, ਅਤੇ ਤੁਹਾਡੇ ਨਾਲ ਜ਼ਰੂਰ ਗੱਲਬਾਤ ਕਰਨ ਦਾ ਚਾਹੀਦੀ ਹੈ ਮੈਨੂੰ ਕਿ ਆਖਰ ਈ ਰਿਕਸ਼ੇ ਦੀ ਗੱਲ ਹੋ ਰਹੀ ਸੀ ਕਿ ਈ ਰਿਕਸ਼ੇ ਦੇ ਵਿੱਚ ਕਿੰਗ ਮੰਨੇ ਜਾਂਦੇ ਹੋ ਤੁਸੀਂ? ਯੈਸ ਸਰ। ਅਤੇ ਇਹ ਇਸੇ ਤੌਰ ਦੇ ਉੱਤੇ ਗੱਲਬਾਤ ਕਰਾਂਗੇ ਕਿ ਈ ਰਿਕਸ਼ੇ ਦੇ ਵਿੱਚ ਕੋਈ ਵੀ ਇਲੈਕਟ੍ਰਿਕ ਚੀਜ਼ ਚਾਹੀਦੀ ਹੋਵੇ ਤਾਂ ਤੁਹਾਡੇ ਕੋਲ ਵਿਜ਼ਿਟ ਕਰ ਲਓ ਅਤੇ ਇੱਥੇ ਕੰਮ ਬਣ ਜਾਂਦਾ ਹੈ। ਸਹੀ ਗੱਲ ਹੈ। ਪਰ ਸਾਨੂੰ ਥੋੜ੍ਹਾ ਜਿਹਾ ਦੱਸੋ ਈ ਰਿਕਸ਼ਾ ਖਰੀਦਣ ਲਈ ਰਿਕੁਆਇਰਮੈਂਟਸ ਕੀ ਹੁੰਦੀਆਂ ਨੇ? ਸਰ, ਈ ਰਿਕਸ਼ੇ ਦੇ ਲਈ ਬੇਸਿਕ ਜਿਹੜੇ ਡਾਕੂਮੈਂਟ ਉਹ ਰਿਕੁਆਇਰ ਹੁੰਦੇ ਆ, ਜਿੱਦਾਂ ਕਿ ਤੁਹਾਡਾ ਆਧਾਰ ਕਾਰਡ ਹੋ ਗਿਆ, ਤੁਹਾਡਾ ਪੈਨ ਕਾਰਡ ਹੈ, ਤੁਹਾਡਾ ਬਿਜਲੀ ਦਾ ਬਿੱਲ ਹੈ ਅਤੇ ਤੁਹਾਡਾ ਚੈੱਕ ਹੈ। ਹਾਂ, ਸਾਡਾ ਜਿਹੜਾ ਸਰਵਿਸ ਹੈ 2 ਆਵਰ ਦੇ ਵਿੱਚ ਅਸੀਂ ਉਹਨਾਂ ਦਾ ਲੋਨ ਸੈਕਸ਼ਨ ਕਰਦੇ ਹਾਂ ਅਤੇ ਪਲੱਸ ਉਹਨਾਂ ਨੂੰ ਗੱਡੀ ਡਿਲੀਵਰ ਕਰ ਦਿੰਦੇ ਹਾਂ। ਲੋਨ ਸੈਕਸ਼ਨ ਤੁਹਾਡੇ ਕੋਲ ਹੋ ਜਾਂਦਾ? ਹਾਂਜੀ ਸਰ, ਹਾਂਜੀ ਜੀ, ਆਪਾਂ ਨਾਲ ਦਿਨ ਲੋਨ ਸੈਕਸ਼ਨ ਕਰ ਦਿੰਦੇ ਹਾਂ। ਓਕੇ, ਤੁਸੀਂ ਡਾਕੂਮੈਂਟ ਦਿੱਤਾ 2 ਆਵਰ ਦਿਨ ਤਾਂ ਤੁਹਾਡੀ ਗੱਡੀ ਤੁਹਾਨੂੰ ਕੰਪਲੀਟ ਮਿਲੂਗਾ, ਸਾਡਾ ਇੰਨਾ ਫਾਸਟ ਸਰਵਿਸ ਹੈ। ਸਰ, ਬੇਸਿਕ ਹੈ ਜਿੱਦਾਂ ਕਿ ਆਧਾਰ ਕਾਰਡ ਚਾਹੀਦਾ ਹੈ, ਪੈਨ ਕਾਰਡ ਚਾਹੀਦਾ ਹੈ, ਤੁਹਾਡੇ ਚੈੱਕ ਚਾਹੀਦੇ ਆ, ਬਿਜਲੀ ਦਾ ਬਿੱਲ ਚਾਹੀਦਾ ਹੈ, ਆਹ ਬੇਸਿਕ ਡਾਕੂਮੈਂਟ ਹੁੰਦੇ ਆ, ਪਲੱਸ ਤੁਹਾਡਾ ਸਿੰਬਲ ਸਹੀ ਹੋਣਾ ਚਾਹੀਦਾ ਹੈ, ਸਿੰਬਲ, ਕਿਉਂਕਿ ਬੈਂਕ ਉਹਨਾਂ ਨੂੰ ਹੀ ਪੈਸਾ ਦਿੰਦਾ ਜਿਹੜੇ ਪੈਸਾ ਵਾਪਸ ਕਰਨ ਦੇ ਲਾਇਕ ਹੈ। ਜੇ ਤੁਹਾਡਾ ਸਿੰਬਲ ਖਰਾਬ ਹੋਊਗਾ ਕੋਈ ਵੀ ਬੈਂਕ ਤੁਹਾਨੂੰ ਫਾਈਨੈਂਸ ਨਹੀਂ ਕਰੂਗਾ। ਠੀਕ ਹੈ, ਈ ਰਿਕਸ਼ਾ ਮਾਰਕੀਟ ਦੇ ਵਿੱਚ ਹਜੇ ਕਿਸੇ ਦੇ ਕੋਲ ਵੀ ਫਾਈਨੈਂਸ ਨਹੀਂ ਹੈ, ਅਸੀਂ ਫਿਰ ਵੀ ਵੱਧ ਤੋਂ ਵੱਧ ਈਜ਼ੀ ਮਨੀ ਇੰਸਟਾਲਮੈਂਟ ਦੇ ਉੱਤੇ ਕੰਮ ਕਰ ਰਹੇ ਹਾਂ ਅਤੇ ਤੁਹਾਨੂੰ ਇਸ਼ੂ ਨਹੀਂ ਆਉਣ ਦਿੰਦੇ ਹਾਂ। ਤੁਸੀਂ ਡਾਕੂਮੈਂਟ ਲੈ, ਤੁਹਾਡਾ ਸਿੰਬਲ ਓਕੇ ਹੋਇਆ, ਅਸੀਂ ਨਾਲ ਦੇ ਨਾਲ ਤੁਹਾਡੀ ਗੱਡੀ ਤਿਆਰ ਕਰਾ ਕੇ ਤੁਹਾਨੂੰ ਡਿਲੀਵਰੀ ਦੇ ਦਿੰਦੇ ਹਾਂ। ਮੈਂ ਸੁਣਿਆ ਫਾਸਟ ਸਰਵਿਸ ਹੁੰਦਾ ਆਪਣਾ। ਮੈਂ ਸੁਣਿਆ ਸੀਗਾ ਥੋੜ੍ਹੇ ਕੁ ਦਿਨ ਪਹਿਲਾਂ
ਕਹਿੰਦੇ ਬੜੇ ਸਸਤੇ ਰੇਟ ਦੇ ਵਿੱਚ ਈ ਰਿਕਸ਼ਾ ਦਿੰਦੇ ਹੋ। ਹਾਂਜੀ ਇਹ ਸਹੀ ਹੈ ਕਿ? ਹਾਂਜੀ ਹਾਂਜੀ ਬਿਲਕੁਲ ਸਹੀ ਹੈ, ਅਫਵਾਹ ਤਾਂ ਨਹੀਂ ਹੈਗੀ? ਨਹੀਂ 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 ਸਰ ਬਿਲਕੁਲ ਸਹੀ ਆ, ਆਪਣੇ ਕੋਲ 1,20,000 ਤੋਂ ਐਕਸ਼ੋਰੂਮ ਪ੍ਰਾਈਸ ਈ ਰਿਕਸ਼ਾ ਸਟਾਰਟ ਹੈ। ਅੱਛਾ ਤੇ 2,30,000 ਤੱਕ ਦੇ ਮਾਡਲ ਆਪਣੇ ਕੋਲ ਅਵੇਲੇਬਲ ਹੈ। ਅਵੇਲੇਬਲ ਹੈ ਹਾਂਜੀ, ਪਲੱਸ ਆਪਣੇ ਕੋਲ ਜਿਹੜੇ ਮਾਡਲ ਹੈ ਸਬਸਿਡੀ ਵਾਲੇ ਮਾਡਲ ਵੀ ਅਵੇਲੇਬਲ ਹੈ, ਜਿਹਦੇ ਵਿੱਚ ਸਾਨੂੰ ਸੈਂਟਰਲ ਗੌਰਮੈਂਟ ਵੀ ਸਪੋਰਟ ਕਰਦਾ ਹੈ। ਆਹ ਸਭ ਤੋਂ ਵੱਡਾ ਪਲੱਸ ਪੁਆਇੰਟ ਹੈ ਜਿਹੜਾ ਕਿਸੇ ਦੇ ਕੋਲ ਵੀ ਨਹੀਂ ਹੈ। ਤੇ ਕਿੰਨੇ ਕੁ ਡਾਊਨ ਪੇਮੈਂਟ ਦੇ ਕੇ ਕਿੰਨਾ ਕੁ ਬਜਟ ਹੋਵੇ ਇਨਸਾਨ ਤੇ ਈ ਰਿਕਸ਼ਾ? ਬਜਟ ਸਰ ਮੰਨ ਕੇ ਚੱਲੋ ਜੇ ਤੁਸੀਂ 1,25,000 ਵਾਲਾ 1,50,000 ਵਾਲਾ ਮਾਡਲ ਲੈਣਾ ਤਾਂ ਤੁਹਾਡੇ ਕੋਲ 30,000 ਰੁਪਇਆ ਮਿਨੀਮਮ ਹੋਣਾ ਚਾਹੀਦਾ। ਮੈਕਸੀਮਮ ਤੁਸੀਂ ਜਿੰਨਾ ਦਓਗੇ ਉਨਾ ਤੁਹਾਨੂੰ ਇੰਟਰਸਟ ਘੱਟ ਪਊਗਾ, ਬਟ ਤੁਹਾਡੇ ਕੋਲ ਮਿਨੀਮਮ ਤੋਂ ਮਿਨੀਮਮ ਜੇ ਆਪਾਂ ਗੱਲ ਕਰੀਏ 30,000 ਰੁਪਇਆ ਤੁਹਾਡੇ ਕੋਲ ਹੋਣਾ ਚਾਹੀਦਾ। ਅੱਛਾ ਜੇ 30,000 ਰੁਪਇਆ ਕਿਸੇ ਕੋਲ ਹੁੰਦਾ ਤਾਂ ਈ ਰਿਕਸ਼ਾ ਉਹ ਲੈ ਸਕਦਾ? ਬੜੇ ਆਰਾਮ ਨਾਲ, ਬੜੇ ਆਰਾਮ ਨਾਲ ਸਰ। ਤੇ ਅਮਾਊਂਟ ਉਹ ਪਰ ਡੇ ਦੀ ਕਿਸ਼ਤ ਵੀ ਕੱਢ ਸਕਦਾ ਹੈ? ਬੜੇ ਆਰਾਮ ਨਾਲ ਸਰ, 1,000 ਤੋਂ 1,200 ਰੁਪਏ ਦਾ ਐਵਰੇਜ ਆ। ਅੱਛਾ ਜੇ ਆਪਾਂ ਕਿਸ਼ਤ ਦੀ ਗੱਲ ਕਰੀਏ ਤਾਂ 225 ਰੁਪਇਆ ਐਵਰੇਜ EMI ਪਰ ਡੇ ਅਕਾਊਂਟ ਹੁੰਦਾ। ਇਨਕਮ ਇਹਦੇ ਵਿੱਚ ਜ਼ਿਆਦਾ, ਖਰਚੇ ਇਹਦੇ ਵਿੱਚ ਹੈਨੀ ਗੇ, ਇੱਕੋ ਫਰੈਂਡਲੀ ਹੈ ਵੀ ਇਹਦੇ ਵਿੱਚ ਲੋਅ ਮੇਨਟੇਨ ਹੈ। ਆਪਾਂ ਡੀਜ਼ਲ ਵਾਲੇ ਦੀ ਗੱਲ ਕਰੀਏ ਉੱਤੇ ਖਰਚਾ ਬਹੁਤ ਜ਼ਿਆਦਾ, ਇੰਜਨ ਦਾ, ਤੇਲ ਦਾ, ਅਦਰ ਵੀ ਚਾਰਜ ਪੈਂਦੇ ਵੀ, ਟੈਕਸ ਹੈ, ਸਭ ਕੁਝ ਪੈਂਦਾ। ਇਹਦੇ ਵਿੱਚ ਹਜੇ ਫ੍ਰੀ ਆ, ਇਹਨਾਂ ਦੇ ਵਿੱਚ ਹਜੇ ਤੁਹਾਨੂੰ ਟੈਕਸ ਦਾ ਉਹਨਾਂ ਸੀਨ ਨਹੀਂ ਆ। ਅੱਛਾ ਪਲੱਸ ਹਜੇ RC ਇੰਸ਼ੋਰੈਂਸ ਆ ਰਿਹਾ, ਸੈਂਟਰ ਗੌਰਮੈਂਟ ਸਾਨੂੰ ਸਪੋਰਟ ਕਰ ਰਿਹਾ, ਉਹਦੇ ਵਿੱਚ ਸਬਸਿਡੀ ਮਿਲਦੇ ਆ। ਸਾਡੇ ਕੋਲ 3-3 ਸਾਲ ਵਾਲੇ ਮਾਡਲ ਵੀ ਆ, ਜੇ ਤੁਹਾਨੂੰ ਬੈਟਰੀ ਦੀ ਵਾਰੰਟੀ 3 ਸਾਲ ਦਾ ਮਿਲ ਜਾਂਦਾ ਹੈ। ਠੀਕ ਆ, ਵੀ ਸਾਡੇ ਕੋਲ ਮਾਡਲ ਬਹੁਤ ਆ, ਮਾਡਲ ਬਹੁਤ। ਹਾਂਜੀ ਤਾਂ ਪਰ ਮਾਡਲਸ ਦੇ ਵਿੱਚ ਜਿਹੜੇ ਮਾਡਲਸ ਨੇ ਇਹ ਵੀ ਹੁੰਦਾ ਹੈ ਕਿ ਕੋਈ ਵਧੀਆ ਜ਼ਿਆਦਾ ਲਾਈਫ ਟਾਈਮ ਲਈ ਚੱਲ ਜਾਂਦਾ ਆ ਕੋਈ ਰਸਤੇ ਦੇ ਵਿੱਚ? ਸਰ ਦੇਖੋ ਲਾਈਫ ਟਾਈਮ ਤਾਂ ਕੁਛ ਵੀ ਨਹੀਂ ਹੁੰਦਾ। ਓਕੇ ਜੀ, ਉੱਪਰ ਹਾਲੇ ਦਾ ਇੱਕ ਸੂਲ ਹੈ ਜਿਹੜਾ ਇਸ ਦੁਨੀਆਂ 'ਚੋਂ ਆਉਣੇ ਜਾਣਾ ਹੀ ਹੈ, ਬਿਲਕੁਲ। ਇੰਨਾ ਵੀ ਕਿੰਨਾ ਸਾਥ ਸਾਡੇ ਨਾਲ ਕੱਢ ਗਿਆ ਵਧੀਆ ਤਰੀਕੇ ਨਾਲ, ਉਹ ਕਾਊਂਟ ਹੁੰਦਾ। ਉਹ ਕੁਛ ਹੈ ਹੁਣ ਇਹਦਾ ਜਿਹੜਾ ਈ ਰਿਕਸ਼ੇ ਦਾ ਲਾਈਫ ਹੈ 3 ਸਾਲ ਤੋਂ ਲੈ ਕੇ 6 ਸਾਲ ਦਾ ਲਾਈਫ ਹੈ। 6 ਸਾਲ ਮੰਨ ਕੇ ਚਲੋ ਵਧੀਆ ਤੁਹਾਡੀ ਗੱਡੀ ਚੱਲਦਾ ਰਹਿੰਦਾ। ਜੇ ਆਪਾਂ ਸਬਸਿਡੀ ਵਾਲਾ ਮਾਡਲ ਲਈਏ, ਜੇ ਆਪਾਂ ਲੈਡ ਐਸਿਡ ਵਾਲਾ ਮਾਡਲ ਲਈਏ ਜਿਹਦੇ ਵਿੱਚ 4 ਬੈਟਰੀਆਂ ਦਾ ਆਪਸ਼ਨ ਹੁੰਦਾ, ਉਹ ਤੁਹਾਡਾ 2-3 ਸਾਲ ਬੜੇ ਆਰਾਮ ਨਾਲ ਚੱਲਦਾ। 3 ਸਾਲ ਤਾਂ ਮਿਨੀਮਮ ਕੋਈ ਵੀ ਰਿਕਸ਼ਾ ਚੱਲੂਗਾ ਚੱਲੂਗਾ। ਜੇ ਤੁਹਾਡੇ ਕੋਲ ਸਬਸਿਡੀ ਵਾਲਾ ਮਾਡਲ ਹੈ ਤਾਂ 3 ਸਾਲ ਤੋਂ ਲੈ ਕੇ 5 ਸਾਲ ਵੀ ਚੱਲ ਜਾਂਦਾ, ਕਿਉਂਕਿ ਉਹਦਾ ਲਾਈਫ ਜ਼ਿਆਦਾ ਹੁੰਦਾ, ਕਿਉਂਕਿ 3 ਸਾਲ ਦੀ ਤਾਂ ਉਹਦੇ ਵਿੱਚ ਵਾਰੰਟੀ ਆ ਜਾਂਦਾ ਬੈਟਰੀ ਦਾ ਹੀ। ਜਿਹੜਾ ਦੂਜਾ ਮਾਡਲ ਹੈ ਉਹਨਾਂ ਦੇ ਵਿੱਚ ਆਪਣੇ ਕੋਲ 12 ਮਹੀਨੇ ਦੀ ਬੈਟਰੀ ਦੀ ਵਾਰੰਟੀ ਆ। ਬਿਲਕੁਲ ਵੀ ਆਹ ਚੀਜ਼ ਕਾਊਂਟ ਕੀਤਾ ਹੁੰਦਾ ਇਹਨਾਂ ਨੇ। ਅਤੇ ਕੁਛ ਐਸਾ ਤਾਂ ਨਹੀਂ ਹੁੰਦਾ ਵੀ ਜੇ ਕੋਈ ਸਸਤਾ ਈ ਰਿਕਸ਼ਾ ਲੈ ਰਿਹਾ ਤਾਂ ਉਹਦੀਆਂ ਸੀਟਾਂ ਅਨਕੰਫਰਟੇਬਲ? ਨਹੀਂ ਨਹੀਂ ਸਰ, ਮੇਰੇ ਕੋਲ ਮਾਡਲ ਹੈ, ਮੈਂ ਤੁਹਾਨੂੰ ਮਾਡਲ ਦਿਖਾਊਂਗਾ, ਬਹੁਤ ਹੀ ਵਧੀਆ ਅਤੇ ਬਹੁਤ ਹੀ ਯੂਨੀਕ ਮਾਡਲ ਹੈ। ਇੱਕ ਮਾਡਲ ਹੈ ਮੇਰੇ ਕੋਲ ਮਯੂਰੀ ਗ੍ਰੈਂਡ ਪ੍ਰੋ, ਇੱਕ ਮਾਡਲ ਹੈ ਮੇਰੇ ਕੋਲ ਮਿੰਨੀ ਮੈਟਰੋ ਜਿਹਦਾ 7'2" ਦਾ ਹਾਈਟ ਹੈ SS ਦੇ ਵਿੱਚ ਹੈ, ਮਯੂਰੀ ਦਾ 6 ਫੁੱਟ ਦਾ ਹਾਈਟ ਹੈ, MS ਦੇ ਵਿੱਚ ਇੰਕਲੂਡਿੰਗ ਕੈਮਰਾ ਹੈ, ਸਬਸਿਡੀ ਵਾਲਾ ਮਾਡਲ ਹੈ। ਪ੍ਰੋਡਕਟਸ ਜੇ ਹੋਣ ਤਾਂ ਆਪਾਂ ਉਹ ਦੇਖੀਏ ਤਾਂ ਕਿ ਦਰਸ਼ਕਾਂ ਨੂੰ ਇਸ ਚੀਜ਼ ਕਲੀਅਰ, ਮੈਂ ਚਾਹੁੰਦਾ ਹਾਂ ਕਲੀਅਰ ਹੋ ਜਾਵੇ, ਹਾਂਜੀ ਹਾਂਜੀ, ਡਾਊਟਫੁਲ ਨਾ ਰਹੇ। ਹਾਂ ਮੈਂ ਤੁਹਾਨੂੰ ਪ੍ਰੋਡਕਟ ਵੀ ਦੱਸੀ ਨਹੀਂ, ਹਾਂਜੀ ਹਾਂਜੀ ਪਤਾ ਹੀ ਨਹੀਂ ਸਾਨੂੰ, ਮੈਂ ਤੁਹਾਨੂੰ ਪ੍ਰੋਡਕਟ ਵੀ ਦਿਖਾਊਂਗਾ। ਹਾਂਜੀ ਵੀ ਪ੍ਰੋਡਕਟ ਦੇਖ ਕੇ ਬੰਦਾ ਵਾਕਈ ਯਾਰ ਜੋ ਬੰਦਾ ਚੀਜ਼ ਦੇ ਰਿਹਾ ਨਾ ਵੈਲਿਊ ਦੇ ਰਿਹਾ, ਵੈਲਿਊ ਆਫ ਮਨੀ ਹੋਣਾ ਚਾਹੀਦਾ ਬੰਦੇ ਦੇ ਲਾਈਫ ਦੇ ਵਿੱਚ ਕਿ ਬਾਈ ਆਪਾਂ ਮਿਨੀਮਮ ਇਨਵੈਸਟਮੈਂਟ ਦੇ ਵਿੱਚ ਮੈਕਸੀਮਮ ਕਿੰਨਾ ਕੰਮ ਕਰ ਸਕਦੇ ਹਾਂ, ਉਹ ਚੀਜ਼ ਬੇਸਿਕ ਬੰਦੇ ਦੇ ਲਾਈਫ ਦੇ ਵਿੱਚ ਗਰੋਥ ਦੇ ਵਿੱਚ ਲੈ ਕੇ ਜਾਂਦਾ। ਕੀ ਬਾਤ ਹੈ, ਤੇ ਆਓ ਫਿਰ ਆਪਾਂ ਚੱਲਦੇ ਹਾਂ ਸਿੱਧਾ ਸਿੱਧਾ ਪ੍ਰੋਡਕਟਸ ਦੇ ਉੱਤੇ, ਫਿਰ ਉੱਥੇ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਠੀਕ, ਮਾਡਲ ਆ, ਠੀਕ ਆ, ਇਸ ਮਾਡਲ ਦਾ ਨਾਮ ਹੈ ਮਿਨੀ ਮੈਟਰੋ। ਓਕੇ, ਟੋਟਲੀ SS ਦੇ ਵਿੱਚ ਜ਼ਿਆਦਾਤਰ ਮਾਰਕੀਟ ਦਾ ਯਾਰ ਡਿਮਾਂਡ ਚੱਲਦਾ ਨਾ ਸਾਨੂੰ ਯਾਰ SS ਚਾਹੀਦਾ, ਜਿਹੜਾ ਤੁਹਾਨੂੰ ਪਹਿਲਾਂ ਮਾਡਲ ਦਿਖਾਇਆ ਉਹ MS ਦੇ ਵਿੱਚ ਆਪਣਾ ਸਭ ਤੋਂ ਬੋਸ। ਓਕੇ, SS SS ਯਾਨੀ ਆਹ ਸਟੀਲ ਹੈ, ਜਿੱਦਾਂ ਹੁਣ ਪਹਿਲਾਂ ਤੁਸੀਂ ਦੇਖਦੇ ਸੀ ਲੱਕੜ ਦੀਆਂ ਪੌੜੀਆਂ ਲੱਗਦਾ ਸੀ, ਹੁਣ ਉੱਤੇ ਵੀ ਉਹ ਗ੍ਰਿਲ ਲਗਾ ਰਿਹਾ, ਸਟੀਲ ਦਾ ਲਗਾ ਰਿਹਾ ਲੁੱਕ ਦੇ ਕਰਕੇ, ਇਹਦੇ ਨਾਲ ਸ਼ਾਈਨਿੰਗ ਆਉਂਦਾ ਅਤੇ ਪਲੱਸ ਲੁੱਕ ਆਉਂਦਾ, ਇਸ ਕਰਕੇ SS ਮਾਡਲ ਨੂੰ ਕਿਹਾ ਜਾਂਦਾ। ਮਿੰਨੀ ਮੈਟਰੋ ਹੈ, 7'4" ਦਾ ਹਾਈਟ ਹੈ, SS ਦੇ ਵਿੱਚ ਹੈ, ਉਹਦੇ ਵਿੱਚ ਜਿਹੜਾ ਮੀਟਰ ਹੈ ਸਪੀਡੋਮੀਟਰ ਤੁਸੀਂ ਦੇਖ ਸਕਦੇ ਹੋ, ਇਹਦਾ ਲੁੱਕ ਬਹੁਤ ਵਧੀਆ ਹੈ। ਸੀਟਿੰਗ ਇਹਦੇ ਵਿੱਚ ਸੋਫੇ ਵਾਲਾ ਸੀਟ ਹੈ, ਬੰਦੇ ਨੂੰ ਬੈਠਣ ਦੇ ਵਿੱਚ ਹੀ ਬਹੁਤ ਵਧੀਆ ਕੰਫਰਟੇਬਲ ਫੀਲ ਹੁੰਦਾ ਹੈ। ਠੀਕ ਹੈ, ਜਦ ਬੰਦਾ ਇਹਨੂੰ ਚਲਾਉਂਦਾ ਪਤਾ ਲੱਗਦਾ ਯਾਰ ਆਪਾਂ ਕੋਈ ਰਾਜਾ ਗੱਡੀ ਚਲਾ ਰਹੇ ਹਾਂ, ਹੈਵੀ ਗੱਡੀ ਚਲਾ ਰਹੇ ਹਾਂ, ਚਲਾਉਣ ਵੇਲੇ ਵੀ ਗੱਡੀ ਦਾ ਪਤਾ ਲੱਗਦਾ। ਪਲੱਸ ਮਿਊਜ਼ਿਕ ਸਿਸਟਮ ਦਿੱਤਾ ਹੋਇਆ, ਤੁਸੀਂ ਦੇਖ ਸਕਦੇ ਉੱਥੇ ਮਿਊਜ਼ਿਕ ਸਿਸਟਮ ਦਿੱਤਾ ਹੋਇਆ। ਠੀਕ ਆ, ਹਾਂਜੀ ਜਾਵੇ, ਹਾਂ ਖੁੱਲ੍ਹ ਕੇ ਚੱਲਦਾ ਗੱਡੀ, ਉਹਦੇ ਬਾਅਦ ਮੀਂਹ ਆ ਜਾਂ ਕੁਛ ਆ ਗਿਆ, ਬੰਦਾ ਕਹਿੰਦਾ ਯਾਰ ਨੀਵੀਂ ਗੱਡੀ ਆ, ਪਾਣੀ ਪੈ ਜਾਂਦਾ, ਮੋਟਰ ਕੰਟਰੋਲ ਦਾ ਇਸ਼ੂ ਆ, ਇਹ ਤਾਂ ਹਾਈਟ ਹੀ ਬਹੁਤ ਉੱਚਾ ਮੀਂਹ ਦੇ, ਤੁਸੀਂ ਦੇਖ ਸਕਦੇ ਹੋ ਆਪਣੇ ਗੋਡੇ ਤੱਕ ਆ ਰਿਹਾ ਵੀ, ਥੱਲੇ ਵੀ ਸਪੇਸ ਕਾਫੀ ਉੱਚਾ ਚੱਕਿਆ ਹੋਇਆ ਵਾ, ਜਿਹਦੇ ਕਰਕੇ ਸਾਨੂੰ ਟੈਨਸ਼ਨ ਨਹੀਂ ਹੁੰਦਾ। ਜਿਹੜਾ ਸੀਟ ਆ ਸੋਫੇ ਵਾਲਾ ਸੀਟ ਆ, ਜੇ ਮੈਂ ਦੇਖਾਂ, ਹਾਂ ਬੈਠ ਕੇ ਦੇਖੋ, ਇੱਥੇ ਜਦ 2 ਬੰਦੇ ਬੈਠਦੇ ਆ
ਕੰਫਰਟੇਬਲ ਹੀ ਬੈਠਦੇ ਆ, ਸਾਡੇ ਲੈਗ ਆਪਣਾ ਅਟੈਚ ਨਹੀਂ ਹੋ ਰਹੇ ਆ, ਬਿਲਕੁਲ ਵਧੀਆ ਫੀਲਿੰਗ ਆਉਂਦਾ ਇੱਥੇ ਵੀ ਬੈਠੇ ਵੀ ਪਤਾ ਲੱਗਦਾ ਯਾਰ ਆਪਾਂ ਕਿਸੇ ਵਧੀਆ ਚੀਜ਼ 'ਤੇ ਬੈਠੇ ਹੋਏ ਹਾਂ। ਬਿਲਕੁਲ ਬਿਲਕੁਲ, ਮੈਂ ਕਹਿ ਸਕਦਾ ਕਿ ਤਰਪਾਲਾਂ ਵੀ ਲੱਗੀਆਂ। ਹਾਂਜੀ ਹਾਂਜੀ ਸਰ, ਮੀਂਹ ਆ ਇਹਨੂੰ ਤੁਸੀਂ ਥੱਲੇ ਕਰ ਸਕਦੇ ਹੋ, ਅੱਛਾ ਪਿੱਛੇ ਵੀ ਕਵਰ ਆ, ਦੋਨੇ ਸਾਈਡ ਕਵਰ ਆ, ਡਰਾਈਵਰ ਵਾਲੇ ਪਾਸੇ ਕਵਰ ਆ ਜੀ, ਮਤਲਬ ਕਿ ਮੀਂਹ ਕਣੀ ਦਾ ਵੀ ਇੱਥੇ ਤੁਹਾਨੂੰ ਖਤਰਾ ਮਹਿਸੂਸ? ਖਤਰਾ ਨਹੀਂ ਹੁੰਦਾ ਹੈ। ਉਹਦੇ ਬਾਅਦ ਇਹਦਾ ਜਿਹੜਾ ਹਾਈਟ ਹੈ ਉਹੀ ਇੰਨਾ ਯੂਨੀਕ ਹੈ ਵੀ ਸਾਨੂੰ ਇੱਦਾਂ ਨਹੀਂ ਲੱਗਦਾ ਯਾਰ ਆਪਾਂ ਕਿਸੇ ਹੋਰ ਬੈਠੇ ਹਾਂ, ਮਤਲਬ ਘਰ ਦੇ ਵਿੱਚ ਬੈਠੇ ਹੋਏ ਸੋਫੇ 'ਤੇ। ਬਿਲਕੁਲ 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 ਜੀ ਜੀ, ਫੀਲ ਟੌਪ ਆਉਂਦਾ। ਇਹਦੀ ਬੈਟਰੀ ਬਾਰੇ ਕੀ ਕਹਿਣਾ? ਇਹਦੀ ਬੈਟਰੀ ਸਰ 4 ਬੈਟਰੀ ਆ, ਜਿਹੜਾ ਮੈਂ ਤੁਹਾਨੂੰ ਪਹਿਲਾ ਮਾਡਲ ਦਿਖਾਇਆ ਸੀਗਾ ਉਹ ਲਿਥੀਅਮ ਵਾਲੀ ਗੱਡੀ ਹੈ, 3 ਸਾਲ ਦੀ ਵਾਰੰਟੀ ਦੇ ਵਿੱਚ ਹੈ। ਅੱਛਾ, ਜਿਹੜਾ ਆਹ ਮਾਡਲ ਆ, ਆਹ ਲੈਡ ਐਸਿਡ ਹੈ, ਇਹਦੇ ਵਿੱਚ ਈਸਟਮੈਨ ਅਤੇ ਕਿੰਗਫੋਰਡ 2 ਬੈਟਰੀ ਆਪਣੇ ਕੋਲ। ਅੱਛਾ, ਆਥੋਰਾਈਜ਼ ਸਰਵਿਸ ਸੈਂਟਰ ਆ, ਤੁਹਾਨੂੰ ਮੈਂ ਮੁੰਡੇ ਨਾਲ ਵੀ ਮਿਲਾਊਂਗਾ ਅਤੇ ਮੈਂ ਤੁਹਾਨੂੰ ਇੱਕ ਵਾਰੀ ਬੈਟਰੀ ਦਿਖਾ ਦਿੰਦਾ। ਆਓ ਜੀ, ਆਹ ਬੈਟਰੀ ਦੇਖ ਸਕਦੇ ਹੋ, ਆਹ ਬੈਟਰੀ ਆ। ਪਲੱਸ ਇਹਦਾ ਜਿਹੜਾ ਕੰਟਰੋਲਰ ਆ ਉੱਪਰ ਹੀ ਆ ਵੀ ਮੀਂਹ ਦੇ ਵਿੱਚ ਕੰਟਰੋਲਰ ਥੱਲੇ ਹੁੰਦਾ, ਪਾਣੀ ਪੈ ਜਾਂਦਾ, ਖਰਾਬ ਹੋ ਜਾਂਦਾ, ਇਹੋ ਜਿਹਾ ਇਹਦਾ ਕੋਈ ਸੀਨ ਨਹੀਂ ਆ। ਆਹ ਇਹਦੀ ਬੈਟਰੀ ਆ 2, ਆਹ ਕੰਟਰੋਲਰ ਇਹਦੇ ਪਾਸੇ, ਆਹ ਕੰਟਰੋਲਰ ਵੀ ਤੁਸੀਂ ਇੱਥੇ ਜੂਮ ਕਰਕੇ ਦਿਖਾ ਸਕਦੇ ਹੋ। ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਨਿਗਾਹ ਰੱਖਿਓ ਕਿ ਕੋਈ ਖਾਸ ਡਿਸਕਾਊਂਟ ਵਾਲੀ ਆਪਸ਼ਨ ਤੁਹਾਡੇ ਤੋਂ ਛੁੱਟ ਨਾ ਜਾਵੇ ਅਤੇ ਤੁਸੀਂ ਉਹ ਆਪਸ਼ਨ ਨੂੰ ਚੂਜ਼ ਕਰ ਲਓ ਅਤੇ ਤਾਂ ਕਿ ਤੁਹਾਡੇ ਲਈ ਲਾਹੇਵੰਦ ਹੋਵੇ ਇਹ ਵੀਡੀਓ। ਧੰਨਵਾਦ।